ਸੰਬੰਧ ਨੂੰ ਲੈ ਕੇ ਇਹਨਾਂ ਜੀ, ਅਸੀਂ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਅਤੇ ਲੋਕਾਂ ਨੂੰ ਅਵੇਅਰ ਕਰਨ ਲਈ ਅਕਸਰ ਹੀ ਇਹ ਆਪਾਂ ਜਿਹੜੀਆਂ ਚੈਕਿੰਗ ਕਰਦੇ ਰਹਿੰਦੇ ਰੇਲਵੇ ਸਟੇਸ਼ਨ 'ਤੇ ਟ੍ਰੇਨਸ, ਫਿਰ ਅਸੀਂ ਉਹਨਾਂ ਨੂੰ ਯਾਤਰੀਆਂ ਨੂੰ ਦੱਸਦੇ ਹਾਂ ਕੋਈ ਲਵਾਰ ਸ਼ੱਕੀ ਚੀਜ਼ ਜਿਹੜੀ ਹੈਗੀ ਹੈ, ਕੋਈ ਬੰਦਾ ਛੱਡ ਗਿਆ ਜਾਂ ਪਈ ਹੈ ਇਸ ਤਰ੍ਹਾਂ ਤੁਹਾਡੇ ਧਿਆਨ 'ਚ ਆਉਂਦਾ ਹੈ। ਕਿਉਂਕਿ ਜੇਕਰ ਆਪਾਂ ਅਸੀਂ ਇਕੱਲੇ ਨਿਗਰਾਨੀ ਰੱਖਾਂਗੇ ਨਹੀਂ ਰੱਖੀ ਜਾ ਸਕਦੀ, ਜੇਕਰ ਅਸੀਂ ਸਾਰਿਆਂ ਨੂੰ ਆਪਣੀ ਅੱਖਾਂ ਬਣਾ ਲਾਂਗੇ ਤਾਂ ਵੱਧ ਜਗ੍ਹਾ 'ਤੇ ਨਿਗਰਾਨੀ ਰੱਖ ਸਕਦੇ ਹਾਂ। ਤਾਂ ਫਿਰ ਅੱਜ ਕੋਈ ਖਾਸ ਚੈਕਿੰਗ ਹੋਈ, ਕੋਈ ਅਲਰਟ ਜਾਰੀ ਹੋਇਆ ਸੀ ਜੀ? ਅਸੀਂ ਮਤਲਬ ਕਿ ਵੈਸੇ ਤਾਂ ਉਸੇ ਦੀ ਕੰਟੀਨਿਊਸ਼ਨ 'ਚ, ਪਰ ਥੋੜ੍ਹਾ ਜਿਹਾ ਕੁਛ ਪਤਾ ਚੱਲਿਆ ਸੀਗਾ ਕੋਈ ਹੋਰ ਟ੍ਰੇਨ ਵਗੈਰਾ ਦੀ ਵੀ ਚੈਕਿੰਗ ਹੋ ਰਹੀ ਆ, ਉਸ ਦੀ ਵਜ੍ਹਾ ਕਰਕੇ ਅਸੀਂ ਵੀ ਜਿਹੜੀ ਆਪਣੀ ਕਰ ਲਈ, ਕਿਉਂਕਿ ਰੂਟ ਜਿਹੜਾ ਹੈਗਾ ਸੇਮ ਉੱਧਰ ਨੂੰ ਜਾ ਰਹੇ ਸੀ। ਸਰ ਇੱਕ ਪਤਾ ਲੱਗਾ ਵੀ ਕਾਸੂ ਡੇਡੂ ਟ੍ਰੇਨ ਜਿਹੜੀ ਖੜੀ ਆ, ਉਹਦੇ ਵਿੱਚ ਅਫਵਾਹ ਸੀਗੀ ਕਿਸੇ ਅਫੀਸ਼ੀਅਲ ਤੌਰ 'ਤੇ ਤਾਂ ਨਹੀਂ ਪਤਾ ਲੱਗਿਆ, ਮਤਲਬ ਆਫ ਦੀ ਰਿਕਾਰਡ ਜਿਹੜੀਆਂ ਚੀਜ਼ ਜਿਹੜੀਆਂ ਆ ਰਹੀ ਸੀ, ਕਹਿੰਦੇ ਕਾਸੂ ਬੇਗੂ ਕਿਸੇ ਟ੍ਰੇਨ ਦੀ ਤਲਾਸ਼ੀ ਹੋ ਰਹੀ ਹੈ ਜੀ। ਯਾਤਰੀਆਂ ਨੂੰ ਇਹ ਦੱਸਿਆ ਜੀ, ਇੱਕਦਮ ਕੋਈ ਵੀ ਲਵਾਰ ਚੀਜ਼ ਆ ਉਹਨੂੰ ਤੁਸੀਂ ਆਪ ਖੁਦ ਟੱਚ ਨਹੀਂ ਕਰਨਾ, ਜਿਸ ਤਰ੍ਹਾਂ ਕੋਈ ਟਿਫਨ ਹੋਇਆ, ਕੋਈ ਬੈਗ ਹੋਇਆ, ਕੋਈ ਬੋਰਾ ਹੋਇਆ, ਕਿਸੇ ਵੀ ਰੂਪ ਦੇ ਵਿੱਚ। ਅਤੇ ਦੂਸਰਾ ਅਸੀਂ ਇਹਨਾਂ ਨੂੰ ਇਹ ਦੱਸ ਰਹੇ ਹਾਂ ਵੀ ਤੁਸੀਂ ਕਿਸੇ ਮਤਲਬ ਅਣਜਾਣ ਬੰਦੇ ਤੋਂ ਕੋਈ ਬਿਸਕੁਟ, ਕੋਈ ਬ੍ਰੈਡ, ਕੋਈ ਚੀਜ਼ ਲੈ ਕੇ ਨਾ ਖਾਓ, ਤਾਂ ਜੋ ਜਿਹੜਾ ਹੈਗਾ ਤੁਹਾਡਾ ਇਹਨਾਂ ਜੀ ਹੁਣ ਅਥਾਰਟੀ ਨਾਲ ਕਰਦੇ ਗੱਲ, ਕਿਉਂਕਿ ਜਿਹੜੀਆਂ ਕਲੀਅਰੈਂਸ ਜ਼ਿਆਦਾ ਅੱਗੋਂ ਮਿਲਦੀ ਆ ਉਸ ਹਿਸਾਬ ਨਾਲ ਹੀ ਚੱਲਦੀਆਂ ਜੀ ਟ੍ਰੇਨ। ਤਾਂ ਇਹ ਕਾਫੀ ਟ੍ਰੇਨਾਂ ਦਾ ਪ੍ਰਭਾਵਿਤ ਹੋਈਆਂ ਜੀ ਇਹਦੇ ਨਾਲ ਜੀ, ਕਿਉਂਕਿ ਮੇਨ ਰੂਟ ਹਨ ਜੀ। ਅਜੇ ਤੱਕ ਇੱਥੇ ਤਾਂ ਨਹੀਂ ਜੀ ਕੁਛ ਇਹੋ ਜਿਹੀ ਚੀਜ਼ ਮਿਲੀ, ਅਜੇ ਆਈ ਨਹੀਂ ਜੀ, ਮਤਲਬ ਕਿ ਜਦ ਪਤਾ ਲੱਗ ਗਿਆ ਤੁਹਾਨੂੰ ਉਹ ਵੀ ਦੱਸ ਦਾਂਗੇ ਜੀ ਆਪਾਂ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਐਂਡ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।